ਮੈਨੂੰ ਇੱਕ ਵਾਰੀ ਸ਼ਰੀਫ ਸਾਬਰ ਸਾਹਿਬ ਨੇ ਦੱਸਿਆ ਕਿ ਉਹਨਾਂ ਜਿਹੜੇ ਉਸਤਾਦ ਕੋਲ ਫਾਰਸੀ ਪੜ੍ਹੀ ਉਹ ਹਿੰਦੂ ਉਸਤਾਦ ਸੀ ਜੀ ਜੀ ਬੜਾ ਜਿਹੜੇ ਤੁਹਾਡੇ ਉਸਤਾਦ ਨੇ ਤੁਹਾਨੂੰ ਇਸ ਹਵਾਲੇ ਨਾਲ ਕੋਈ ਯਾਦ ਹੋਏ ਕਿ ਤੁਹਾਡੇ ਉਸਤਾਦ ਤੁਹਾਨੂੰ ਕੀ ਪੜ੍ਹਾਉਂਦੇ ਸਨ ਜਿਹੜੇ ਹਿੰਦੂ ਜਾਂ ਸਿੱਖ ਸਨ ਹਿੰਦੂ ਕਿਸੇ ਉਸਤਾਦ ਦੀ ਤਾਂ ਕੋਈ ਇੰਨੀ ਯਾਦ ਨਹੀਂ ਪੜ੍ਹਾਉਂਦੇ ਉਹ ਵੀ ਰਹਿ ਸਨ ਸਿੱਖ ਇੱਕ ਉਸਤਾਦ ਹੈ ਜਿਹੜਾ ਪਹਿਲੀ ਜਮਾਤ ਵਿੱਚ ਉਸਤਾਦ ਸੀ ਸਾਡਾ ਅੱਛਾ ਖੁਦ ਮੇਰੇ ਵਾਲਦ ਸਾਹਿਬ ਜਿਸ ਤਰ੍ਹਾਂ ਦੱਸਿਆ ਕਿ ਉਹ ਸਕੂਲ ਉਸੇ ਸਕੂਲ ਵਿੱਚ ਪੜ੍ਹਾਉਂਦੇ ਸਨ ਲੇਕਿਨ ਉਹ ਮਾਸਟਰ ਹਰਨਾਮ ਸਿੰਘ ਜਿਹੜਾ ਸੀ ਉਹਨਾਂ ਨੂੰ ਇੱਕ ਸਪੈਸ਼ਲਾਈਜੇਸ਼ਨ ਉਹਨਾਂ ਦੀ ਐਸੀ ਸੀ ਕਿ ਜੋ ਬੱਚਾ ਨਹੀਂ ਪੜ੍ਹ ਸਕਦਾ ਤਾਂ ਤਵੱਜੋ ਨਹੀਂ ਉਸਦੀ ਹੋ ਸਕਦੀ ਪਹਿਲੀ ਤੋਂ ਹੀ ਉਹ ਮੁਨਹਰਿਫ ਹੋ ਜਾਂਦਾ ਉਸਨੂੰ ਉਹ ਰਾਹ ਲਾ ਦਿੰਦੇ ਅੱਛਾ ਉਹ ਕੀ ਗੁਰ ਸੀ ਉਹਨਾਂ ਉਹ ਪਤਾ ਨਹੀਂ ਅੱਛਾ ਉਹ ਮੁਮਕਿਨ ਹੈ ਕਿ ਉਹਨਾਂ ਦੇ ਪੜ੍ਹਾਉਣ ਦਾ ਤਰੀਕਾ ਐਸਾ ਹੋਵੇ ਜਾਂ ਕੋਈ ਲੇਕਿਨ ਜ਼ਾਤੀ ਤੌਰ 'ਤੇ ਮੇਰੇ ਜਿਹੜਾ ਤਜਰਬਾ ਇਹ ਹੈ ਕਿ ਮੈਨੂੰ ਵਾਲਦ ਸਾਹਿਬ ਕਿਹਾ ਕਿ ਮੈਂ ਉਹਨਾਂ ਨਾਲ ਮਾਸਟਰ ਹਰਨਾਮ ਸਿੰਘ ਨਾਲ ਗੱਲ ਕੀਤੀ ਅਤੇ ਉਹ ਬੜੇ ਖੁਸ਼ ਨੇ ਤੂੰ ਨਾ ਜ਼ੋਰ ਤੋਂ ਬਾਅਦ ਉੱਥੇ ਚਲਾ ਗਿਆ ਕਰ ਅਤੇ ਫਿਰ ਪੁੱਛ ਲਿਆ ਉਹਨਾਂ ਕੋਲ ਕਿ ਫਿਰ ਕਦੋਂ ਆਵਾਂ ਕੱਲ੍ਹ ਆਵਾਂ ਪਰਸੋਂ ਆਵਾਂ ਅਤੇ ਉਹ ਤੁਹਾਨੂੰ ਪੜ੍ਹਾ ਲਈ ਅਤੇ ਇਸ ਕਦਰ ਸ਼ਫਕਤ ਦਾ ਕਿ ਬਈ ਗਰਮੀਆਂ ਦੇ ਵੀ ਬਹੁਤ ਸਮੇਂ ਤਾਂ ਉਹਦਾ ਜ਼ੋਰ ਤੋਂ ਬਾਅਦ ਕਿਹਾ ਅਤੇ ਬਾਅਦ ਔਕਾਤ ਪੈ ਜਾਂਦਾ ਸਰ ਤਾਂ ਉਹ ਅੱਜ ਸੁੱਤੇ ਹੁੰਦੇ ਸੀ ਘਰ ਵਾਲੇ ਉਹਦਾ ਜਗਾ ਦੇ ਸੀ ਉਹ ਬਾਹਰ ਗਲੀ ਦੇ ਨੁੱਕੜ 'ਤੇ ਇੱਕ ਚਾਰਪਾਈ ਪਈ ਹੁੰਦੀ ਸੀ ਉਹ ਉੱਠ ਕੇ ਬਾਹਰ ਉਸ ਚਾਰਪਾਈ 'ਤੇ ਆ ਜਾਂਦੇ ਅਤੇ ਮੈਨੂੰ ਵੀ ਕੋਲ ਬਿਠਾ ਲੈਂਦੇ ਹੁਣ ਉਹ ਚੁੱਕੇ ਬਾਅਦ ਔਕਾਤ ਲੇਟ ਉਹ ਉੱਠਦੇ ਸਨ ਅਤੇ ਉਹ ਜਾਗ ਕੇ ਜਿਹੜੇ ਲੱਸੀ ਪੀਂਦੇ ਸਨ ਨਾ ਉਹ ਉਸੇ ਵੇਲੇ ਰਿੜਕੀ ਜਾ ਰਹੀ ਹੁੰਦੀ ਸੀ ਲੱਸੀ ਅਤੇ ਉਹ ਬਾਹਰ ਆ ਗਏ ਲੱਸੀ ਦਾ ਗਿਲਾਸ ਬਾਅਦ ਆਇਆ ਕਿਉਂਕਿ ਉਹਦਾ ਇਹ ਸੋਚਿਆ ਕਿ ਮੈਂ ਬੱਚਾ ਇੰਤਜ਼ਾਰ ਕਰ ਰਿਹਾ ਅਤੇ ਉਸ ਵੇਲੇ ਦੋ ਗਿਲਾਸ ਆਉਂਦੇ ਸਨ ਲੱਸੀ ਇੱਕ ਮੇਰੇ ਵਾਸਤੇ ਇੱਕ ਉਹਦਾ ਵਾਸਤੇ ਅਤੇ ਇਸੇ ਤਰ੍ਹਾਂ ਦਾ ਹੈ ਸੀ ਕਿ ਸਿੱਖਾਂ ਦਾ ਜਿਹੜਾ ਹੈ ਸੀ ਉਹ ਜ਼ਰਾ ਜ਼ਿਆਦਾ ਮੁਸਲਮਾਨਾਂ ਨਾਲ ਇਸ ਇਤਬਾਰ ਨਾਲ ਕਰੀਬ ਸਨ ਕਿ ਇੱਕ ਤਾਂ ਉੱਥੇ ਛੂਤ ਛਾਤ ਸਿੱਖਾਂ ਅਤੇ ਮੁਸਲਮਾਨਾਂ 'ਚ ਕੋਈ ਨਹੀਂ ਦੂਸਰਾ ਉਹ ਇੱਕ ਹੀ ਖੁਦਾ 'ਤੇ ਯਕੀਨ ਕਰਦੇ ਉਹ ਇੱਕ ਤੋਂ ਜ਼ਿਆਦਾ ਖੁਦਾ ਦੇ ਕਾਇਲ ਨਹੀਂ ਤੌਹੀਦ ਪ੍ਰਸਤ ਹੈ ਇਹ ਚੀਜ਼ਾਂ ਮੇਰਾ ਖਿਆਲ ਹੈ ਤੌਹੀਦ ਪ੍ਰਸਤੀ ਦੀ ਵਜ੍ਹਾ ਨਾਲ ਇਹ ਹੁੰਦਾ ਕਿ ਉਹ ਸਮਝਦੇ ਨੇ ਮੁਸਲਮਾਨ ਸਿੱਖ ਦੋਨੋਂ ਇੱਕ ਹੀ ਖੁਦਾ ਪੈਦਾ ਕੀਤੇ ਅਤੇ ਕੋਈ ਛੂਤ ਛਾਤ ਦੀ ਜ਼ਰੂਰਤ ਨਹੀਂ ਇਸ ਅੱਛਾ ਤਾਂ ਉਹਨਾਂ ਨੂੰ ਬੜੀ ਯਾਦ ਮੈਨੂੰ ਰਾਹ ਦੀ ਉਹ ਕੀ ਪੜ੍ਹਾਉਂਦੇ ਸਨ ਹਰਨਾਮ ਸਿੰਘ ਉਹ ਪੰਜਾਬੀ ਅਰਫ ਬੇਤੀ ਪੰਜਾਬੀ 'ਚ ਉਰਦੂ ਪੜ੍ਹਾਉਂਦੇ ਸਨ ਉਰਦੂ ਸਿਖਾਉਂਦੇ ਸਨ ਅਤੇ ਹੁਣ ਬੜਾ ਉਹਦਾ ਨਾ ਜਿਹਦੇ ਜ਼ਰੀਏ ਤਾਲੀਮ ਉਰਦੂ ਕਰਦੇ ਹੋ ਬਈ ਅਬਲਦ ਇਹ ਕਿ ਪਾਕਿਸਤਾਨ ਦੇ ਹਰ ਸੂਬੇ 'ਚ ਪ੍ਰਾਇਮਰੀ ਤਾਲੀਮ ਲੋਕਲ ਜ਼ਬਾਨ 'ਚ ਹੀ ਹੁੰਦੀ ਬਿਲਕੁਲ ਸਹੀ ਮੈਨੂੰ ਹੁਣ ਵੀ ਯਾਦ ਹੈ ਵੀ ਉਹ ਜਿਸ ਵੇਲੇ ਉਹ ਸਿਖਾਉਂਦੇ ਸਨ ਆਪਣਾ ਅੱਛਾ ਹੁਣ ਉਸ ਵਿੱਚ ਕੋਈ ਇਹ ਨਹੀਂ ਕਿ ਮੈਂ ਕੋਈ ਲਿਖਿਆ ਕੇ ਜੀ ਹਿਸਾਬ ਪੜ੍ਹਾਂਗੇ ਜ਼ਰੀਆ ਤਾਲੀਮ ਕੀ ਹੋਇਆ ਬਈ ਅਗਰ ਲੋਕਲ ਲੈਂਗੁਏਜ ਤੁਸੀਂ ਨਹੀਂ ਪੜ੍ਹਾਓਗੇ ਅਤੇ ਬੱਚੇ ਨੂੰ ਸਮਝ ਜੀ ਦੀ ਆ ਗਈ ਨਾ ਬਿਲਕੁਲ ਸਹੀ ਉਹ ਤਾਂ ਹਰ ਜਗ੍ਹਾ ਅਬਲਡ ਲੋਕਲ ਲੈਂਗੁਏਜ ਹਮੇਸ਼ਾ ਹੀ ਗਏ ਬਿਲਕੁਲ ਸਹੀ ਇਸ ਤਰ੍ਹਾਂ ਹੋਇਆ ਕਿ ਮੈਂ ਜਿਸ ਵੇਲੇ ਗੌਰਮੈਂਟ ਕਾਲਜ ਕੈਬਲਪੁਰ ਵਿੱਚ ਦਾਖਲ ਹੋਇਆ ਅਤੇ ਉਸ ਵੇਲੇ ਸੀ ਕਿ ਬਈ ਕੋਈ ਅਦਬ ਨਾਲ ਚੁੱਕੇ ਸ਼ਗਫ ਸੀ ਦੋਸਤ ਵੀ ਸਾਰੇ ਬੰਦੂ ਬਾਈ ਸ਼ਫਕਤ ਵੀ ਮਿਰਜ਼ਾ ਸ਼ੋਰਿਸ਼ ਭਲਕਿ ਸਾਰੇ ਲੋਕ ਕੋਈ ਮੇਰੇ ਨਾਲ ਨੂੰ 2 ਸਾਲ ਲੱਗੇ ਕੋਈ ਸਾਲ ਲੱਗੇ ਉਸ ਤਰ੍ਹਾਂ ਅਤੇ ਬੜਾ ਅਦਬੀ ਮਾਹੌਲ ਸੀ ਕੈਬਲਪੁਰ ਕਾਲਜ ਦਾ ਅਤੇ ਉਹ ਮੈਂ ਨਵੀਂ ਨਵੀਂ ਛਪੇ ਸਨ ਕਿਤਾਬਾਂ ਇਹ
52 ਦੀ 52 ਦੀ ਸਾਲ 52 ਦੀ ਗੱਲ ਤੇ ਉਹ ਛੋਲੇ ਗੋਲ ਤੇ ਦਸਤੇ ਸਭਾ ਉਹ ਮੈਂ ਖਰੀਦੀ ਤੇ ਘਰ ਆਇਆ ਛੁੱਟੀਆਂ ਹੋਈਆਂ ਤੇ ਉਹ ਵਾਲਿਦ ਸਾਹਿਬ ਦੇਖਿਆ ਤੇ ਉੱਤੇ ਲਿਖਿਆ ਫਤਿਹ ਫਾਤਿਹ ਬਲਕ ਉਹ ਵਾਲਿਦ ਸਾਹਿਬ ਕਦੀ ਨਾ ਡਾਂਟਿਆ ਨਾ ਕੋਈ ਉਹ ਇਖਤਲਾਫ ਵੀ ਕਰਦੇ ਸਨ ਸਿਖਾਦੇ ਨਾ ਹੱਸਦੇ ਹੱਸਦੇ ਬੜੇ ਦਰਵੇਸ਼ ਦੇ ਵਾਲਾ ਉਹ ਕਹਿਣ ਲੱਗੇ ਇਹ ਕੌਣ ਹੈ ਬੰਦਾ ਮੈਂ ਕਿਹਾ ਮਨ ਸ਼ੌਕ ਜਿਹੜਾ ਸ਼ੇਰ ਤਾਂ ਨਹੀਂ ਕਹਿ ਸਕਦਾ ਫਾਤੇ ਤਰ੍ਹਾਂ ਨਜ਼ਰ ਰੱਖ ਲਿਆ ਉਹ ਕਹਿਣ ਲੱਗਾ ਗੱਲ ਸੁਣ ਮੈਂ ਬਹੁਤ ਸੋਚ ਸਮਝ ਕੇ ਤੇਰੇ ਨਾਂ ਵਿੱਚ ਇੱਕ ਹਰਫ ਰੱਖਿਆ ਉਹ ਹੈ ਮੁਹੰਮਦ ਉਹ ਅੱਗੇ ਪਿੱਛੇ ਨਹੀਂ ਆਉਣਾ ਚਾਹੀਦਾ ਹੋਰ ਜੋ ਮਰਜ਼ੀ ਕਰ ਮੈਂ ਉਸ ਤੋਂ ਬਾਅਦ ਫਿਰ ਰਸਤੇ ਰਸਤੇ ਉਹ ਆਪਣੇ ਘਰ ਲੱਗ ਗਏ ਮੈਂ ਫਿਰ ਸੋਚਿਆ ਭਾਈ ਕੀ ਜ਼ਰੂਰਤ ਹੈ ਤਾਰਾ ਛਾਲਜ ਰੱਖਣੇ ਜੋ ਮੇਰਾ ਨਾਂ ਹੈ ਉਹ ਹੀ ਹੋ ਜਾਏ ਜ਼ਿਆਦਾ ਜ਼ਿਆਦਾ ਆਵਾਜ਼ ਨਾ ਲਿਖਦੇ ਕਿ ਉਹ ਕੋ ਬਹੁਤ ਆਕੜੇ ਹੈ ਜਾਂ ਲਫਜ਼ ਹੈ ਅਤੇ ਮਰਗ ਰੱਖਦੇ ਮੈਂ ਮਾਨ ਵੀ ਇਤਬਾਰ ਨੂੰ ਪੁੱਛਿਆ ਸੀ ਕਿ ਤੁਸੀਂ ਫਤਿਹ ਮੁਹੰਮਦ ਮਲਕ ਜੀ ਇੱਕ ਪਹਿਚਾਣ ਜਦੋਂ ਬਣੀ ਸੀ ਇਹ ਕਿਹੜੀ ਗੱਲ ਹੈ ਇਹ ਆਪਣਾ ਗਵਰਨਮੈਂਟ ਕਾਲਜ ਕੈਬਲਪੁਰ ਦੀ ਉੱਥੇ ਤੁਸੀਂ ਕੋਈ ਲਿਖਣਾ ਪੜ੍ਹਨਾ ਸ਼ੁਰੂ ਕਰ ਉੱਥੇ ਸ਼ੁਰੂ ਕਰ ਦਿੱਤਾ ਸਰ ਉੱਥੇ ਇਹ ਸੀ ਕਿ ਉਸ ਵੇਲੇ ਗਵਰਨਮੈਂਟ ਕਾਲਜ ਕੈਬਲਪੁਰ ਵਿੱਚ ਡਾਕਟਰ ਗੁਲਾਬ ਜਲਾਨੀ ਪ੍ਰੋਫੈਸਰ ਮੁਹੰਮਦ ਉਸਮਾਨ ਕਿਤੇ ਨਾਲ ਇਹ ਬੜੇ ਹੀ ਅੱਛੇ ਅਸਾਤਜ਼ਾ ਸਨ ਹੁਣ ਅੱਜ ਕੱਲ੍ਹ ਗਿਣੇ ਜ਼ਿਆਦਾ ਤਾਂ ਜੀ ਬੜੀ ਇੱਤੀ ਯੂਨੀਵਰਸਿਟੀਆਂ ਬਣਾ ਦਿੱਤੀਆਂ ਅਤੇ ਕਾਲਜ ਬਣਾ ਦਿੱਤੇ ਅੱਛੀ ਗੱਲ ਹੈ ਲੇਕਿਨ ਉਸ ਵੇਲੇ ਤਾਂ ਮੀਆਂਵਾਲੀ ਕੋ ਕਾਲਜ ਸੀ ਨਾ ਕੁਹਾਟ ਕੋਈ ਸੀ ਅੱਛਾ ਸਾਰੇ ਸਟੂਡੈਂਟ ਕੈਬਲਪੁਰ ਆਉਂਦੇ ਸਨ ਇੱਕ ਤੋਂ ਇੱਕ ਅੱਛਾ ਟੀਚਰ ਉੱਥੇ ਮੌਜੂਦ ਸੀ ਅਤੇ ਇਹ ਇਤਫਾਕ ਹੈ ਕਿ ਜਿਸ ਵੇਲੇ ਮੈਂ ਫਸਟ ਏਅਰ ਦਾਖਲ ਹੋਇਆ ਤਾਂ ਉਸ ਵੇਲੇ ਡਾਕਟਰ ਗੁਲਾਬ ਜਲਾਨੀ ਬਰਕ ਔਰ ਪ੍ਰੋਫੈਸਰ ਉਸਮਾਨ ਜੈਸੇ ਲੋਕ ਉੱਥੇ ਪੜ੍ਹਾ ਰਹੇ ਸਨ ਔਰ ਕਦੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਇਹ ਕਿਉਂ ਪੜ੍ਹ ਰਿਹਾ ਇਹ ਕਿਉਂ ਸੋਚ ਰਿਹਾ ਉਹ ਹਰ ਗੱਲ ਨੂੰ ਕਿ ਬਈ ਕਿਤਾਬ ਪੜ੍ਹ ਰਿਹਾ ਕਮਿਊਨਿਜ਼ਮ 'ਤੇ ਦੇਖਿਆ ਬੜੀ ਅੱਛੀ ਮੈਂ ਅਜੇ ਤੱਕ ਤਾਂ ਪੜ੍ਹੀ ਤੂੰ ਪੜ੍ਹ ਰਿਹਾ ਤਾਂ ਮੈਨੂੰ ਦੇ ਦੇਣਾ ਮੈਂ ਹੀ ਕਿਤਾਬ ਪੜ੍ਹ ਰਿਹਾ ਉਹ ਪੜ੍ਹ ਕੇ ਤਦ ਅੱਛਾ ਉਹ ਹੁੰਦਾ ਹੀ ਕਿ ਕੋਈ ਇਸਲਾਮ 'ਤੇ ਕਿਤਾਬ ਉਹਦੀ ਪੜ੍ਹੀ ਅਤੇ ਇਸ ਵਾਸਤੇ ਮੇਰੀ ਜਿਹੜੀ ਇਹ ਤਰੱਕੀ ਪਸੰਦੀ ਦੇ ਇੰਤਿਹਾ ਪਸੰਦ ਦੌਰ ਹੈ ਤਾਂ ਉਸ ਵਿੱਚ ਵੀ ਦੀਦੀ ਸ਼ਨਾਖਤ ਜਿਹੜੀ ਉਹ ਕਮਜ਼ੋਰ ਕਦੀ ਨਹੀਂ ਹੋਈ ਉਸ ਦਾ ਜ਼ਿਆਦਾ ਜਿਹੜਾ ਹੈ ਮੈਂ ਸਮਝਦਾ ਸਬਬ ਹੋਣ ਇਹ ਖੁਦ ਮੇਰੇ ਵਾਲਦ ਸਾਹਿਬ ਦਾ ਰਵੱਈਆ ਅਤੇ ਇੱਕ ਜਿਹੜੇ ਅਸਾਤਜ਼ਾ ਸਾਨੂੰ ਮਿਲੇ ਉਹਦਾ ਕਦੀ ਇਹ ਨਹੀਂ ਕਿਹਾ ਕਿ ਇਹ ਕਿਤਾਬ ਠੀਕ ਨਹੀਂ ਇਹ ਤਾਂ ਪੜ੍ਹੀ ਕਰੋ ਅਤੇ ਇਹ ਆਪਣਾ ਇਸ ਦੀ ਵਜ੍ਹਾ ਉਹ ਕਿਤਾਬ ਪੜ੍ਹੋ ਉਹਦਾ ਇਹ ਕਹਿਣਾ ਕਿ ਵੀ ਉਹ ਜਿਸੇ ਤਰੱਕੀ ਪਸੰਦ ਸ਼ਾਇਰਾਂ ਦੇ ਮਜਮੂਏ ਨਦੀਮ ਫੈਜ਼ ਦੇ ਦੇਖੇ ਨਾ ਉਹਨਾਂ ਤਾਂ ਕਿਹਾ ਕਿ ਸੁਣ ਲਿਆ ਸੀ ਕਿ ਇਹ ਸ਼ਾਇਆ ਹੋ ਗਏ ਲੇਕਿਨ ਅਜੇ ਮੈਂ ਖਰੀਦੇ ਨਹੀਂ ਅਤੇ ਇੱਦਾਂ ਲਾਇਬ੍ਰੇਰੀ 'ਚ ਆਏ ਇਹ 3 ਦਿਨ ਬਾਅਦ ਤੂੰ ਮੈਨੂੰ ਅਗਰ ਦੇ ਦੇ ਅਤੇ ਮੈਂ ਇੱਕ ਕਿਤਾਬ ਪੜ੍ਹ ਰਿਹਾ ਜਿਹੜੀ 3 ਦਿਨ ਵਿੱਚ ਖਤਮ ਹੋ ਜਾਏਗੀ ਬਿਲਕੁਲ ਉਹ ਤੈਨੂੰ ਦੇ ਦਿਆਂਗਾ ਬਿਲਕੁਲ ਔਰ ਉਹ ਕਿਤਾਬ ਹੈ ਜੀ ਦ ਰੋਡ ਟੂ ਮੱਕਾ ਮੁਹੰਮਦ ਹਸਨ ਦੀ ਅੱਛਾ ਤਾਂ ਉਹ ਹੁਣ ਮੈਨੂੰ ਪਤਾ ਲੱਗਦਾ ਕਿ ਉਹ ਇਹ ਤਰੀਕਾਕਾਰ ਸੀ ਕਿ ਮੈਂ ਲੈਫਟਿਸਟ ਸੋਸ਼ਲਿਸਟ ਹਰ ਤਰ੍ਹਾਂ ਦੇ ਸ਼ਾਇਰਾਂ ਅਦੀਬਾਂ ਮੁਫੱਕਰਾਂ ਪੜ੍ਹਾਂ ਨਾਲ ਇਸਲਾਮ ਤੋਂ ਵੀ ਦੂਰ ਨਾ ਜਾ ਸਭ ਤੋਂ ਪਹਿਲੀ ਕਿਹੜੀ ਤਹਿਰੀਰ ਲਿਖੀ ਤੁਹਾਨੂੰ ਯਾਦ ਹੋਵੇ ਹਾਂ ਸਭ ਤੋਂ ਪਹਿਲੀ ਜਿਹੜੀ ਤਹਿਰੀਰ ਹੈ ਉਹ ਹੈ ਜੀਦੀਏ ਸਾਥੀ ਬੰਧੂ ਭਾਈ ਦੇ ਛੋਟੇ ਜਿਹੇ ਮਜ਼ਮੂਨ ਹੈ ਹੋਇਆ ਹੈ ਕਿ ਮੈਂ ਜਿਸ ਵੇਲੇ ਸੈਕਿੰਡ ਈਅਰ ਵਿੱਚ ਪਹੁੰਚਿਆ ਤਾਂ ਬੰਧੂ ਭਾਈ ਸੈਕਿੰਡ ਈਅਰ ਦਾ ਇਮਤਿਹਾਨ ਦੇ ਕਿਤੇ ਜਾ ਰਹੇ ਸੀ
ਕਾਲਜ ਛੋੜ ਕੈਮਲਪੁਰ ਕਾਲਜ ਤੋਂ ਉਸ ਤੇ ਮਨੂ ਭਾਈ ਦੇ ਕਾਲਜ ਦੀ ਬਜ਼ਬੇ ਅਦਬ ਨੇ ਉਹਨਾਂ ਦਾ ਉਹ ਫੇਅਰਵੈਲ ਇੱਕ ਉਹ ਇੰਤਜ਼ਾਮ ਕੀਤਾ ਉਸ ਵਿੱਚ ਮਜ਼ਾਬੀਨ ਪੜੇ ਗਏ ਮਨੂ ਭਾਈ ਕੋ ਆਪਣੀ ਨਜ਼ਮਾਂ ਸ਼ਜ਼ਮਾਂ ਚੀਜ਼ਾਂ ਸੁਣੇਗੀ ਅਤੇ ਮੈਨੂੰ ਕਹਿ ਗਿਆ ਬਈ ਤੁਸੀਂ ਬੜੇ ਦੋਸਤ ਹੋ ਹਰ ਵੇਲੇ ਇਕੱਠੇ ਰਹਿੰਦੇ ਹੋ ਸ਼ਫਕਤ ਵੀ ਮਿਰਜ਼ਾ ਮਧੂ ਭਾਈ ਤੂੰ ਅਤੇ ਤੂੰ ਵੀ ਕੁਝ ਲਿਖ ਮੈਂ ਕਿਹਾ ਬਈ ਮੈਂ ਤਾਂ ਕਦੀ ਲਿਖਿਆ ਨਹੀਂ ਕਿ ਚੱਲ ਕੋਸ਼ਿਸ਼ ਤਾਂ ਕਰ ਉਹ ਇੱਕ ਮਜ਼ਬੂਤ ਸੀ ਜੀ ਦੇ ਸਾਥੀ ਉਹ ਮੈਂ ਜੇ ਪੜ੍ਹਿਆ ਅਤੇ ਡਾਕਟਰ ਗੁਲਾਬ ਜਲਾ ਦੀ ਵਰਕ ਉੱਥੇ ਸਦਾਰਤ ਕਰ ਰਿਹਾ ਸਰ ਉਹਦਾ ਕਾਲਜ ਮੈਗਜ਼ੀਨ ਦੇ ਐਡੀਟਰ ਨੂੰ ਖਾਬਰ ਰਿਜ਼ਵੀ ਨੂੰ ਕਿਹਾ ਕਿ ਬਈ ਇਹ ਮਲਕ ਕੋ ਲੈ ਲਓ ਇਹ ਕਾਲਜ ਮੈਗਜ਼ੀਨ ਅਗਲੇ ਸ਼ੁਮਾਰ ਸ਼ਾਇਆ ਹੋਣਾ ਚਾਹੀਦਾ ਉਹ ਉਹਦਾ ਲੈ ਲਏ ਉਸ ਤੋਂ ਬਾਅਦ ਮੈਨੂੰ ਕਿਹਾ ਜਾਣ ਲੱਗਾ ਬਸ ਮਹਿਤਾ ਵਿੱਚ ਕੁਝ ਪੜ੍ਹੋ ਬਹਿਸ ਤਤਕਾਲ ਤਾਂ ਆਉਂਦੀ ਸੀ ਲੇਕਿਨ ਉਹਨਾਂ ਦੀ ਇਸ ਇੱਕ ਸਰਪ੍ਰਸਤਾ ਦਾ ਫਯਾਜ਼ੀ ਦੀ ਵਜ੍ਹਾ ਨਾਲ ਮੈਨੂੰ ਇਹ ਹੋਇਆ ਕਿ ਸ਼ਾਇਦ ਮੈਂ ਕੋਸ਼ਿਸ਼ ਕਰਾਂ ਤਾਂ ਲਿਖਣਾ ਆ ਜਾਏਗਾ ਅਤੇ ਬਸ ਇਹ ਪਹਿਲੀ ਤਹਿਰੀਰ ਹੈ ਅਤੇ ਉਸ ਤੋਂ ਬਾਅਦ ਫਿਰ ਆਹਿਸਤਾ ਆਹਿਸਤਾ ਲਿਖਣੀ ਸ਼ੁਰੂ ਕਰ ਉਸ ਵੇਲੇ ਲੋਕਲ ਸ਼ੋਹਰਤ ਸੀ ਇਹਨਾਂ ਦੀ ਕਿਉਂਕਿ ਅਜੇ ਤਾਂ ਕਾਲਜ ਪੜ੍ਹਦੇ ਸਨ ਨਾ ਸੈਕਿੰਡ ਈਅਰ ਵਿੱਚ ਸਨ ਅਤੇ ਬਹੁਤ ਅੱਛੇ ਸ਼ਾਇਰੀ ਵੀ ਥੋੜ੍ਹੀ ਥੋੜ੍ਹੀ ਸ਼ੁਰੂ ਕਰ ਦਿੱਤੀ ਸੀ ਲੇਕਿਨ ਸ਼ਫਕਤ ਅਜੀਬ ਮਿਰਜ਼ਾ ਸੀਨੀਅਰ ਸਨ ਉਹ ਥਰਡ ਈਅਰ ਵਿੱਚ ਸਨ ਇਹ ਸੈਕਿੰਡ ਈਅਰ ਵਿੱਚ ਸਨ ਮੈਂ ਫਸਟ ਈਅਰ ਵਿੱਚ ਸਾਂ ਅਤੇ ਉਹਨਾਂ ਨੇ ਮਧੂ ਭਾਈ ਨੇ ਕੋ ਦਰਸੀ ਜਿਹੜੇ ਮਜ਼ਾਬੀਨ ਸਨ ਉਹਨਾਂ ਦੀ ਤਵੱਜੋ ਬਿਲਕੁਲ ਨਹੀਂ ਦਿੱਤੀ ਔਰ ਅਦਬ ਪੜ੍ਹਨਾ ਔਰ ਅਦਬ ਹੀ ਉਹਨਾਂ ਵਿਛੋਦਾ ਸੀ ਉਹਨਾਂ ਦਾ ਅਤੇ ਉਹ ਫਿਰ ਜੋ ਉਹ ਪੜ੍ਹਦੇ ਮੈਂ ਵੀ ਉਸ ਤਰ੍ਹਾਂ ਪੜ੍ਹਦਾ ਔਰ ਅਸਾਤਾ ਤਾਂ ਉਸ ਸਮਾਨ ਤੁਸੀਂ ਦੇਖੋ ਕਿ ਸ਼ਹਿਰ ਵਿੱਚ ਮੁਸ਼ਾਇਰਾ ਹੋਇਆ ਕੈਬਲਪੁਰ ਸ਼ਹਿਰ ਵਿੱਚ ਡਿਪਟੀ ਕਮਿਸ਼ਨਰ ਸਦਾਰਤ ਕੀਤੀ ਉਸ ਵੇਲੇ ਤਰੱਕੀ ਪਸੰਦੀ ਦੇ ਖਿਲਾਫ ਪੜ੍ਹਾ ਸੀ ਅਤੇ ਉਹ ਸ਼ਫਕਤ ਤਸਵੀਰ ਅਤੇ ਮਧੂ ਭਾਈ ਦੀ ਵੀ ਨਜ਼ਮਾਂ ਪੜ੍ਹੀਆਂ ਤੋ ਅਚਾਨਕ ਪਤਾ ਲੱਗਾ ਕਿ ਉਹ ਮਧੂ ਭਾਈ ਨੂੰ ਲੈ ਕੇ ਡਾਕਟਰ ਗੁਲਾਬ ਜਲਾ ਦੀ ਵਰਕ ਹਾਸਟਲ ਵਿੱਚ ਆ ਗਏ ਉਸ ਸ਼ਹਿਰ ਵਿੱਚ ਰਹਿੰਦਾ ਸੀ ਸ਼ਫਕਤ ਪਹਿਲੇ ਹੀ ਹਾਸਟਲ ਵਿੱਚ ਸੀ ਹਾਸਟਲ ਵਿੱਚ ਜਗ੍ਹਾ ਕੋਈ ਨਹੀਂ ਸੀ ਉਹ ਮੇਰੇ ਕੋਲ ਪੁੱਛਿਆ ਕਿ ਵੀ ਤੂੰ ਕਿਊਬੀਕਲ ਕਮਰਾ ਤੇਰਾ ਅਤੇ ਮਜਬੂਰੀ ਅਤੇ ਇੱਕ ਬੰਦਾ ਆਏਗਾ ਉਹ ਬੰਦਾ ਮਨੂ ਭਾਈ ਸੀ ਪਤਾ ਲੱਗਾ ਮਜਬੂਰੀ ਕੀ ਹੈ ਦੂਸਰੇ ਦਿਨ ਸੁਬਾਹ ਕਿ ਸ਼ਫਕਤ ਅਲੀ ਮਿਰਜ਼ਾ ਨੂੰ ਅਤੇ ਇਸ ਨੂੰ ਅਰੈਸਟ ਕਰਨਾ ਚਾਹੁੰਦੇ ਸਨ ਅੱਛਾ ਉਹ ਪਤਾ ਚੱਲਿਆ ਬਰਗ ਸਾਹਿਬ ਤੋਂ ਉਹ ਡਾਕਟਰ ਬਰਗ ਸਾਹਿਬ ਕਿਹਾ ਕਿ ਜੀ ਮੈਂ ਅਸੀਂ ਇਜਾਜ਼ਤ ਨਹੀਂ ਦੇਣੇ ਹਾਸਟਲ 'ਚ ਰਹਿੰਦਾ ਸ਼ਫਕਤ ਨਹੀਂ ਮਿਰਜ਼ਾ ਅਤੇ ਮਨੂ ਭਾਈ ਨੂੰ ਵੀ ਹਾਸਟਲ 'ਚ ਇਸ ਤਰ੍ਹਾਂ ਉਹਨਾਂ ਨੇ ਦਾਖਲ ਕੀਤਾ ਕਿ ਇਹਨਾਂ ਦੋਹਾਂ ਨੂੰ ਪੁਲਿਸ ਨਾ ਗ੍ਰਿਫਤਾਰ ਕਰ ਸਕੇ ਫਿਰ ਇਹਨਾਂ ਦਾ ਵੀ ਮੁਤਵਾਜ਼ਨ ਹੋ ਗਿਆ ਅੰਦਾਜ਼ੇ ਨਜ਼ਰ ਲੇਕਿਨ ਇਹ ਕਿ ਉਸ ਤਰ੍ਹਾਂ ਦੇ ਉਸਤਾਦ ਹੁੰਦੇ ਸਨ ਜਿਹੜੇ ਵਾਕਈ ਸਮਝਦੇ ਸਨ ਕਿ ਸਾਡੇ ਆਪਣੇ ਮਾਨਵੀ ਔਲਾਦ ਹੈ।